ਪਿਛਲੇ ਦਿਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਮੁਲਕ ਤੋਂ ਮਾਫ਼ੀ ਮੰਗੀ, ਕਿਹਾ ਕਿ ਜਿਹੜਾ ਕੋਰੋਨਾ ਵਾਇਰਸ ਕਰਕੇ ਮੈਂ ਲੋਕਡਾਊਨ ਲਗਾਇਆ ਉਸ ਨਾਲ ਬਹੁਤ ਸਾਰੇ ਲੋਕਾਂ ਨੂੰ ਤਕਲੀਫ ਹੋਈ, ਉਸ ਲਈ ਮੈਂ ਮਾਫ਼ੀ ਮੰਗਦਾ। ਖਾਸ ਤੌਰ 'ਤੇ ਕਿਹਾ ਕਿ ਜੋ ਗਰੀਬ ਲੋਕ ਨੇ ਉਹ ਇਹ ਸੋਚਦੇ ਹੋਣਗੇ ਕਿ ਇਹ ਕੈਸਾ ਆਦਮੀ ਅਸੀਂ PM ਚੁਣ ਲਿਆ ਜਿਹੜਾ ਸਾਨੂੰ ਤਕਲੀਫ ਦੇ ਰਿਹਾ, ਉਹਨਾਂ ਤੋਂ ਮੈਂ ਮਾਫ਼ੀ ਮੰਗਦਾ। ਪਰ ਇਸ ਮਾਫ਼ੀ ਦੇ ਬਾਵਜੂਦ ਕਈ ਸਵਾਲ ਖੜ੍ਹੇ ਨੇ ਜਿਨ੍ਹਾਂ ਦਾ ਜਵਾਬ ਪ੍ਰਧਾਨ ਮੰਤਰੀ ਮੋਦੀ ਅਤੇ ਸਰਕਾਰ ਨੂੰ ਦੇਣਾ ਚਾਹੀਦਾ ਹੈ। ਆਓ ਸਵਾਲ ਪੁੱਛ ਲੈਂਦੇ ਹਾਂ। ਸਭ ਤੋਂ ਪਹਿਲਾਂ ਸਵਾਲ ਤਾਂ ਇਹ ਹੀ ਬਣਦਾ ਹੈ ਕਿ 24 ਮਾਰਚ ਰਾਤੀ 8 ਵਜੇ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਆ ਕੇ ਅਨਾਊਂਸ ਕੀਤਾ ਕਿ ਰਾਤੀ 12 ਵਜੇ ਤੋਂ ਬਾਅਦ 21 ਦਿਨਾਂ ਲਈ ਭਾਰਤ ਵਿੱਚ ਲੋਕਡਾਊਨ ਹੈ, ਤਾਂ ਉਸ ਵੇਲੇ ਉਹਨਾਂ ਨੇ ਦਿਹਾੜੀਦਾਰ ਮਜ਼ਦੂਰਾਂ ਦਾ ਨਾਂ ਵੀ ਨਹੀਂ ਲਿਆ, ਉਹਨਾਂ ਬਾਰੇ ਗੱਲ ਹੀ ਨਹੀਂ ਕੀਤੀ। ਇਹ ਤਾਂ ਫਿਰ ਹੋਣਾ ਹੀ ਸੀ ਕਿ ਮਜ਼ਦੂਰਾਂ ਦੀ ਖਾਸ ਤੌਰ 'ਤੇ ਵੱਡੇ ਸ਼ਹਿਰਾਂ ਤੋਂ ਆਪਣੇ ਪਿੰਡਾਂ ਅਤੇ ਕਸਬਿਆਂ ਵੱਲ ਹਿਜਰਤ ਸ਼ੁਰੂ ਹੋ ਗਈ, ਅਤੇ ਕਈ ਤਾਂ ਦਰਜਨਾਂ ਦੇ ਹਿਸਾਬ ਨਾਲ ਕਈ 100 ਕਿਲੋਮੀਟਰ ਪੈਦਲ ਹੀ ਚੱਲਣ ਲੱਗੇ। ਭਾਰਤ ਦੇ ਸ਼ਹਿਰਾਂ ਵਿੱਚ ਇੱਕ ਵੱਡਾ ਤਬਕਾ ਹੈ ਜਿਹੜਾ ਕਿ ਦਿਹਾੜੀ ਦੇ ਹਿਸਾਬ ਨਾਲ ਹੀ ਕਮਾਉਂਦਾ ਹੈ ਅਤੇ ਖਾਂਦਾ ਹੈ। ਇਹਦਾ ਹਿਸਾਬ ਸਰਕਾਰ ਕੋਲ ਹੋਵੇਗਾ ਹੀ। 2017 ਦਾ ਇਕਨੋਮਿਕ ਸਰਵੇ ਖੁਦ ਦੱਸਦਾ ਹੈ, ਜੋ ਸਰਕਾਰ ਹੀ ਬਣਾਉਂਦੀ ਹੈ, ਕਿ ਸਾਲ 2011 ਤੋਂ 2016 ਤੱਕ ਹੀ ਇੱਕ ਸੂਬੇ ਤੋਂ ਦੂਜੇ ਸੂਬੇ ਕੰਮ ਦੀ ਭਾਲ ਵਿੱਚ ਆਏ ਲੋਕਾਂ ਦੀ ਗਿਣਤੀ 90 ਲੱਖ ਸੀ। ਸਰਕਾਰ ਦੀ ਹੀ ਇੱਕ ਮਿਨਿਸਟਰੀ ਦੇ ਅੰਡਰ ਇੰਸਟੀਟਿਊਟ ਆਫ ਪਾਪੂਲੇਸ਼ਨ ਸਾਇੰਸਿਸ ਕੰਮ ਕਰਦਾ ਹੈ। ਉਸਦਾ ਹਿਸਾਬ ਹੈ ਕਿ 4 ਕਰੋੜ ਪ੍ਰਵਾਸੀ ਮਜ਼ਦੂਰ ਤੇ ਸਿਰਫ ਕੰਸਟਰਕਸ਼ਨ ਵਰਕ ਮਤਲਬ ਉਸਾਰੀ ਦੇ ਕੰਮ ਵਿੱਚ ਹੀ ਲੱਗੇ ਹੋਏ ਨੇ। ਇਸ ਤੋਂ ਇਲਾਵਾ 2 ਕਰੋੜ ਅਜਿਹੇ ਨੇ ਜਿਹੜੇ ਕਿ ਘਰਾਂ ਵਿੱਚ ਕੰਮ ਕਰਦੇ ਨੇ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਕੰਮ ਨੇ ਜਿਹਦੇ ਵਿੱਚ ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਕੰਮ ਕਰਦੇ ਨੇ, ਇਹ ਕਿਸੇ ਤੋਂ ਲੁਕਿਆ ਨਹੀਂ। ਸਰਕਾਰ ਇਸ ਮਨੁੱਖੀ ਪਰੇਸ਼ਾਨੀ ਦਾ ਹਿਸਾਬ ਕਿਉਂ ਨਹੀਂ ਲਾ ਸਕੀ? ਬਾਅਦ ਵਿੱਚ ਸਰਕਾਰ ਨੇ ਐਲਾਨ ਕੀਤਾ ਕਿ ਰਾਸ਼ਨ ਦਿੱਤਾ ਜਾਏਗਾ, ਡਾਇਰੈਕਟ ਕੈਸ਼ ਟ੍ਰਾਂਸਫਰ ਵੀ ਕੀਤਾ ਜਾਏਗਾ, ਪਰ ਇਹ ਨਹੀਂ ਅਜੇ ਤੱਕ ਸਾਫ਼ ਹੋਇਆ ਕਿ ਜਿਹੜੇ ਲੋਕਾਂ ਦੇ ਬੈਂਕ ਖਾਤੇ ਹੀ ਨਹੀਂ, ਜਿਹੜੇ ਰੋਜ਼ ਕੈਸ਼ ਵਿੱਚ ਖਾਂਦੇ ਨੇ, ਕੈਸ਼ ਵਿੱਚ ਕਮਾਉਂਦੇ ਨੇ, ਉਹਨਾਂ ਦਾ ਕੀ ਬਣੇਗਾ? ਇਹ ਵੀ ਕਿਹਾ ਗਿਆ ਹੈ ਕਿ ਮਜ਼ਦੂਰਾਂ ਤੋਂ ਮਕਾਨ ਮਾਲਕ 1 ਮਹੀਨੇ ਦਾ ਕਿਰਾਇਆ ਨਹੀਂ ਲੈਣਗੇ, ਅਤੇ ਲੈਣਗੇ ਤਾਂ ਸੈਕਸ਼ਨ 188 ਦੇ ਅੰਡਰ 6 ਮਹੀਨੇ ਦੀ ਸਜ਼ਾ ਦਾ ਵੀ ਪ੍ਰਾਵਧਾਨ ਹੈ। ਪਰ ਇਹ ਸਾਰੀਆਂ ਗੱਲਾਂ ਉਸ ਦਿਨ ਦੇ ਭਾਸ਼ਣ ਵਿੱਚ ਨਹੀਂ ਆਈਆਂ। ਕਿੰਗਸ ਕਾਲਜ ਲੰਡਨ ਦੇ ਪ੍ਰੋਫੈਸਰ ਕਾਰਲੋ ਕਾਤਫ ਅੱਜ ਕੱਲ੍ਹ ਇੰਡੀਆ 'ਚ ਰਹਿੰਦੇ ਨੇ। ਉਹਨਾਂ ਨੇ ਕਿਹਾ ਕਿ ਇੰਨਾ ਸਖ਼ਤ ਫੈਸਲਾ ਲਾਗੂ ਕਰਨ ਤੋਂ ਪਹਿਲਾਂ ਉਹਦੇ ਕੀ ਨਤੀਜੇ ਹੋਣਗੇ, ਇਸ ਦਾ ਹਿਸਾਬ ਸਰਕਾਰ ਨੇ ਨਹੀਂ ਲਾਇਆ। ਅਰਥਸ਼ਾਸਤਰੀ ਜਿਆਂ ਦਰੇਜ ਨੇ ਵੀ ਲਿਖਿਆ ਹੈ ਕਿ 31,000 ਕਰੋੜ ਰੁਪਏ ਜਨ ਧਨ ਯੋਜਨਾ ਦੇ ਤਹਿਤ ਖਾਤਿਆਂ ਵਿੱਚ ਪਾਏ ਜਾਣ ਦੀ ਗੱਲ ਕਹੀ ਗਈ ਹੈ। ਇਹਦਾ ਹਿਸਾਬ ਹੋਇਆ 500 ਰੁਪਇਆ ਪਰ ਖਾਤਾ। ਇੰਨੇ ਵਿੱਚ ਤਾਂ ਕੋਈ ਵੀ ਪਰਿਵਾਰ ਆਪਣਾ ਗੁਜ਼ਾਰਾ ਨਹੀਂ ਕਰ ਸਕੇਗਾ, ਅਤੇ ਜੋ ਗਰੀਬ ਇਹਨਾਂ ਸਕੀਮਾਂ ਦੇ ਵਿੱਚ ਰਜਿਸਟਰਡ ਹੀ ਨਹੀਂ ਨੇ, ਉਹਨਾਂ ਦਾ ਕੀ ਬਣੇਗਾ? ਉਹਨਾਂ ਦੀ ਗਿਣਤੀ ਅਜੇ ਕਿਤੇ ਵੀ ਨਹੀਂ ਕੀਤੀ ਗਈ। ਦੂਜਾ ਸਵਾਲ ਇਹ ਵੀ ਬਣਦਾ ਹੈ ਕਿ ਕੰਪਲੀਟ ਲੋਕਡਾਊਨ ਮਤਲਬ ਸਾਰਾ ਕੁਝ ਬੰਦ ਕਰ ਦੇਣਾ ਹੀ ਕੋਰੋਨਾ ਨਾਲ ਲੜਨ ਲਈ ਜ਼ਰੂਰੀ ਹੈ? 24 ਮਾਰਚ ਨੂੰ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਕੰਪਲੀਟ ਲੋਕਡਾਊਨ ਦਾ ਐਲਾਨ ਕੀਤਾ ਤਾਂ ਉਹਨਾਂ ਨੇ ਹਵਾਲਾ ਦਿੱਤਾ ਕਿ ਐਕਸਪਰਟਸ ਕਹਿੰਦੇ ਨੇ ਕਿ ਸੋਸ਼ਲ ਡਿਸਟੈਂਸਿੰਗ ਮਤਲਬ ਸਮਾਜਿਕ ਦੂਰੀ, ਇੱਕ ਦੂਜੇ ਤੋਂ ਦੂਰੀ ਬਣਾ ਕੇ ਰੱਖਣਾ ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਜ਼ਰੂਰੀ ਹੈ। ਪਰ ਇੱਥੇ ਇਹ ਵੀ ਅੰਡਰਲਾਈਨ ਕਰਨਾ ਜ਼ਰੂਰੀ ਹੈ ਕਿ ਦੱਖਣੀ ਕੋਰੀਆ, ਜਿਹੜਾ ਕਿ ਕੋਰੋਨਾ ਵਾਇਰਸ ਨਾਲ ਲੜਾਈ ਵਿੱਚ ਮੋਹਰੀ ਮੰਨਿਆ ਜਾ ਰਿਹਾ ਹੈ, ਉਸਨੇ ਸਿਰਫ ਸੋਸ਼ਲ ਡਿਸਟੈਂਸਿੰਗ ਨਹੀਂ ਅਪਣਾਈ, ਉਸਨੇ ਕੰਪਲੀਟ ਲੋਕਡਾਊਨ ਵੀ ਨਹੀਂ ਕੀਤਾ। ਹੋਰ ਉਹਨੇ ਕੀ ਕੀਤਾ? ਇਹਦਾ ਇਸ਼ਾਰਾ ਜ਼ਰਾ WHO ਦੇ ਗਾਈਡਲਾਈਨਸ ਵਿੱਚ ਵੀ ਹੈ। WHO ਮਤਲਬ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਹੈ ਕਿ ਸੋਸ਼ਲ ਡਿਸਟੈਂਸਿੰਗ ਤਾਂ ਜ਼ਰੂਰੀ ਹੈ, ਪਰ ਵੱਧ ਤੋਂ ਵੱਧ ਟੈਸਟਿੰਗ ਵੀ ਜ਼ਰੂਰੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨੇ ਸੋਸ਼ਲ ਡਿਸਟੈਂਸਿੰਗ ਦੇ ਹਵਾਲੇ ਨਾਲ ਲੋਕਡਾਊਨ 'ਤੇ ਐਲਾਨ ਦਿੱਤਾ, ਇਹ ਨਹੀਂ ਐਲਾਨਿਆ ਕਿ ਅਸੀਂ ਟੈਸਟਿੰਗ ਵੀ ਹੋਰ ਕਰਾਂਗੇ, ਕਿਉਂਕਿ ਭਾਰਤ ਨੇ ਇਹ ਤੈਅ ਕੀਤਾ ਹੈ ਕਿ ਸਿਰਫ ਉਹਨਾਂ ਦਾ ਹੀ ਟੈਸਟ ਕੀਤਾ ਜਾਏਗਾ ਜਿਹੜੇ ਲੋਕ ਕਿਸੇ ਬਾਹਰਲੀ ਕੰਟਰੀ ਤੋਂ ਆਏ ਨੇ ਜਿੱਥੇ ਇਹਦਾ ਪ੍ਰਸਾਰ ਹੈ ਕੋਰੋਨਾ ਵਾਇਰਸ ਦਾ, ਜਾਂ ਫਿਰ ਉਹਨਾਂ ਲੋਕਾਂ ਦਾ ਟੈਸਟ ਕੀਤਾ ਜਾਏਗਾ ਜੋ ਅਜਿਹੇ ਲੋਕਾਂ ਨਾਲ ਸੰਪਰਕ ਵਿੱਚ ਆਏ ਨੇ। ਸਵਾਲ ਇਹ ਵੀ ਬਣਦਾ ਹੈ ਕਿ ਭਾਰਤ ਨੇ ਇਸ ਤੋਂ ਇਲਾਵਾ ਆਪਣੀ ਸਿਹਤ ਵਿਵਸਥਾ ਮਤਲਬ ਹੈਲਥ ਸਿਸਟਮ ਨੂੰ ਬੈਟਰ ਕਰਨ ਲਈ, ਬਿਹਤਰੀ ਕਰਨ ਲਈ ਕੀ ਕਦਮ ਚੁੱਕੇ? PPE ਜਿਹੜੇ ਪ੍ਰੋਟੈਕਸ਼ਨ ਕਿੱਟ, ਉਹਨਾਂ ਲੋਕਾਂ ਲਈ ਜ਼ਰੂਰੀ ਨੇ ਜਿਹੜੇ ਮਰੀਜ਼ਾਂ ਨਾਲ ਡੀਲ ਕਰ ਰਹੇ ਨੇ, ਜਾਂ ਫਿਰ ਮਾਸਕ, ਜਾਂ ਫਿਰ ICU ਦੇ ਬੈੱਡ, ਜਾਂ ਫਿਰ ਵੈਂਟੀਲੇਟਰ, ਇਹਨਾਂ ਦੀ ਗਿਣਤੀ ਵਧਾਉਣ ਵੱਲ ਕੀ ਕਦਮ ਚੁੱਕੇ ਗਏ?
ਬਾਅਦ ਵਿੱਚ ਇਹ ਅਨਾਊਂਸ ਕੀਤਾ ਗਿਆ ਕਿ 15,000 crore ਰੁਪਏ ਨਾਲ ਅਸੀਂ ਆਪਣਾ ਹੈਲਥ ਇਨਫਰਾਸਟ੍ਰਕਚਰ ਬੈਟਰ ਕਰ ਲਵਾਂਗੇ। ਫਿਲਹਾਲ ਕੇਂਦਰੀ ਸਿਹਤ ਮੰਤਰਾਲੇ ਮੁਤਾਬਕ ਭਾਰਤ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਸਿਰਫ 8,432 ਮਤਲਬ 8,432 ਵੈਂਟੀਲੇਟਰ ਨੇ ਜਿਹੜੇ ਕਿ ਕਿਸੇ ਨੂੰ ਜ਼ਿੰਦਾ ਰੱਖਣ ਲਈ ਜ਼ਰੂਰੀ ਨੇ। ਇਸ ਤੋਂ ਇਲਾਵਾ ਪ੍ਰਾਈਵੇਟ ਹਸਪਤਾਲਸ ਵਿੱਚ 40,000 ਦੇ ਕਰੀਬ ਵੈਂਟੀਲੇਟਰ ਨੇ। ਮਾਹਿਰ ਇਹ ਕਹਿੰਦੇ ਨੇ ਕਿ ਭਾਰਤ ਨੂੰ ਇਸ ਨਾਲੋਂ 8 to 10 times ਜ਼ਿਆਦਾ ਵੈਂਟੀਲੇਟਰ ਚਾਹੀਦੇ ਹੋਣਗੇ। ਹੁਣ ਵੈਂਟੀਲੇਟਰ ਨੂੰ ਜਲਦੀ ਜਲਦੀ ਬਣਾਉਣ ਲਈ ਕਾਰ ਦੀਆਂ ਕੰਪਨੀਆਂ ਤੱਕ ਨੂੰ ਇਨਵੋਲਵ ਕਰ ਲਿਆ ਗਿਆ ਹੈ। ਉਂਝ ਵੀ ਭਾਰਤ WHO ਦੇ ਮਾਨਕਾਂ ਦੇ ਹਿਸਾਬ ਨਾਲ ਬਹੁਤ ਪਿੱਛੇ ਹੈ ਸਿਹਤ ਸੇਵਾਵਾਂ ਦੇ ਮਾਮਲੇ 'ਚ। ਇਸ ਕਰਕੇ ਬਹੁਤ ਸਾਰੇ ਸਵਾਲ ਪੁੱਛੇ ਜਾਣਾ ਜ਼ਰੂਰੀ ਹੈ ਤਾਂ ਜੋ ਜਵਾਬ ਲੱਭੇ ਜਾ ਸਕਣ, ਸੋਲਿਊਸ਼ਨ ਕੀਤਾ ਜਾ ਸਕੇ ਅਤੇ ਉਹ ਕੰਮ ਹੋ ਸਕੇ ਜਿਸ ਦੀ ਲੋੜ ਹੈ।